ਵਾਲੇ ਨੂੰ ਵੇਖਣ ਵਾਲੇ ਆਏ ਨਾ, ਉਹਨਾਂ ਕਿਹਾ ਤੁਸੀਂ ਇੰਜ ਕਰੋ ਤੁਸੀਂ ਇਹਦੀ ਫੋਟੋ ਭੇਜ ਦਿਓ ਸਾਨੂੰ ਉੱਥੇ। ਅਸੀਂ ਫੋਟੋ ਭੇਜੀ, ਉਹ ਗੁੱਸਾ ਕਰ ਗਿਆ। ਉਹ ਮੈਂ ਕਿਹਾ ਗੁੱਸੇ ਵਾਲੀ ਕਿਹੜੀ ਗੱਲ, ਕਹਿੰਦੇ ਯਾਰ ਅਸੀਂ ਫੋਟੋ ਮੰਗੀ ਤੁਸੀਂ ਐਕਸਟਰਾ ਭੇਜਦਾ। ਫਿਰ ਜੀ ਇਹਦਾ ਜਦੋਂ ਵਿਆਹ ਹੋਇਆ, ਬਸ ਫਿਰ ਕੀ ਤੁਹਾਨੂੰ ਦੱਸਾਂ ਕੀ ਹੋਇਆ। ਇਹਦੇ ਵਿਆਹ 'ਤੇ ਬੜੀਆਂ ਰੌਣਕਾਂ ਲੱਗੀਆਂ, ਕੁੜੀਆਂ ਨੇ ਗਿੱਧੇ ਪਾਏ, ਮੁੰਡਿਆਂ ਨੇ ਬੋਲੀਆਂ ਪਾਈਆਂ। ਮਾਨ ਸਾਹਿਬ ਇੱਕ ਮੁੰਡੇ ਨੇ ਕਿਤੇ ਬੋਲੀ ਪਾ ਤੀ, ਕਹਿੰਦਾ ਬਾਰੀ ਬਰਸੀ ਖੱਟਣ ਗਿਆ ਤੇ ਖਟਕ ਲਿਆਂਦਾ ਘਿਓ, ਭੰਗੜਾ ਤਾਂ ਸੱਜਦਾ ਜੇ ਨੱਚੇ ਮੁੰਡੇ ਦਾ ਪਿਓ। ਓਏ ਮਾਨ ਸਾਹਿਬ ਫਿਰ ਤੁਹਾਨੂੰ ਕੀ ਦੱਸਾਂ, ਇੱਧਰੋਂ ਬੋਲੀ ਪਈ ਏ, ਉੱਧਰੋਂ ਸਾਰਾ ਪਿੰਡ ਹੀ ਨੱਚਿਆ ਹੁੰਦਾ। ਪਤਾ ਨਹੀਂ ਕੀ ਚੱਕਰ ਸੀ ਬਈਏ, ਮੈਂ ਵੀ ਵਿੱਚੇ ਹੀ ਹੁਣ। ਅੱਛਾ ਜੋ ਵੀ ਹੈ ਮਾਨ ਸਾਹਿਬ ਬੋਲੇ, ਥੈਂਕ ਯੂ ਯਾਰ ਤੇਰਾ ਤੂੰ ਗਿਆ ਨਾਮ ਨਾਲ, ਬੰਦਾ ਬੜਾ ਵਧੀਆ। ਮਾਨ ਸਾਹਿਬ ਇਹਦੇ ਨਾਲ ਦੇ ਬੰਦੇ ਨਹੀਂ ਜੀ ਹੁਣ ਬਣ ਸਕਦੇ, ਕਸਮ ਨਾਲ ਇਹਦੇ ਨਾਲ ਦੇ ਨਹੀਂ ਜੇ ਬਣ ਸਕਦੇ, ਨਾ ਮਸ਼ੀਨਾਂ ਰਹੀਆਂ ਨਾ ਮਿਸਤਰੀ ਰਹਿ ਜੇ। ਬੋਲੇ ਦੇ ਨਾਮ ਦੀ ਤਾਲੀ ਬਾਬਾ, ਕਿਆ ਬਾਤ। ਇਹਦੇ ਪੈਰੀ ਇਸ ਕਰਕੇ ਲਾਉਂਦੇ ਕਿ ਇਸ ਬੰਦੇ 'ਚ ਹੰਕਾਰ ਦੀ ਕੋਈ ਮਾਤਰਾ ਨਹੀਂ ਬਾਬਾ। ਜਿਸ ਬੰਦੇ 'ਚ ਹੰਕਾਰ ਹੁੰਦਾ ਉਹ ਚੁਟਕਲਾ ਕੀ, ਬੰਦੇ ਦੀ ਗੱਲ ਨਹੀਂ ਸੁਣਦਾ, ਅਤੇ ਸਾਰੀਆਂ ਗੱਲਾਂ ਭੋਲੇ ਕਰਕੇ ਆਈਆਂ। ਸੋ ਮੇਰਾ ਖਿਆਲ ਹੈ ਕੈਦੀ ਸਾਹਿਬ ਭੋਲੇ ਦੇ ਨਾਂ ਦਾ ਦਸਵੰਧ ਕੱਢਿਆ ਕਰੋ, ਜਸਵੰਧ ਕੱਢਿਆ ਕਰੋ। ਇਹਦੇ ਨਾਲ ਜਸਵੰਧ ਭੋਲਾ ਹੈ, ਦਸਵੰਧ ਕੱਢਣ ਦੀ ਬਜਾਏ ਜਸਵੰਧ ਹੀ ਕੱਢ ਦਿਓ। ਭੋਲੇ ਬੰਦਾ ਹੋਊ ਅਮੀਰ ਤੇ ਕਰੇ ਹੋਊ, ਬੰਦਾ ਹੋਊ ਅਮੀਰ ਤੇ ਕਰੇ ਹੋਊ, ਜੇ ਉਹ ਨੇਕ ਨਹੀਂ ਫੇਰ ਇਨਸਾਨ ਹੈ ਨਹੀਂ, ਜੋ ਕੱਢੇ ਦਸਵੰਦ ਨਾ ਗੁਰੂ ਕਰਦਾ, ਉਹ ਤੋਂ ਹੀ ਜਹਾਨੀ ਪ੍ਰਵਾਨ ਹੈ ਨਹੀਂ, ਜੋ ਕੱਢੇ ਦਸਵੰਦ ਨਾ ਗੁਰੂ ਕਰਦਾ ਉਹ ਤੋਂ ਹੀ ਜਹਾਨੀ ਪ੍ਰਵਾਨ ਹੈ ਨਹੀਂ, ਉਹਦੇ ਬੋਲਾਂ ਵਿੱਚ ਅਸਰ ਨਹੀਂ ਹੋ ਸਕਦਾ, ਜਿਹੜੇ ਸ਼ਖਸ ਦੀ ਮਿੱਠੀ ਜ਼ਬਾਨ ਹੈ ਨੀ। ਪੁੰਨਦਾਨ ਤੇ ਲੋਕ ਨੇ ਬਹੁਤ ਕਰਦੇ, ਪੁੰਨਦਾਨ ਤੇ ਲੋਕ ਨੇ ਬਹੁਤ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ। ਰੱਬ ਤੇਰੀ ਹਜ਼ਾਰਾਂ ਸਾਲ ਹੋ ਗਏ, ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੇਰੇ ਦੋ ਵਾਰ ਦਿਆਂ, ਜਿਹੜਾ ਅੱਜ ਤੱਕ ਹੋਇਆ ਨਾ ਹੋਵੇ ਮੈਂ ਐਸਾ ਤੈਨੂੰ ਪਿਆਰ ਦਿਆਂ, ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਹਰ ਸਾਲ ਤੇਰੇ ਤੋਂ ਵਾਰ। ਮੰਗਣ ਵਾਲੇ ਦੁਆਵਾਂ 'ਚ ਕੀ ਕੀ ਮੰਗ ਲੈਂਦੇ ਨੇ ਹਜ਼ੂਰ, ਇੱਕੋ ਦੁਆ ਦੇ ਵਿੱਚ ਕਿੰਨੀਆਂ ਚੀਜ਼ਾਂ ਮੰਗੀਆਂ। ਇੱਕ ਬੰਦੇ ਨੇ ਕਹਿੰਦਾ ਹੇ ਵਾਹਿਗੁਰੂ ਅਕਾਲ ਪੁਰਖ, ਮੇਰੀ ਅੰਨੀ ਮਾਂ ਆਪਣੇ ਪੋਤਰੇ ਨੂੰ ਚਮਚੇ ਸੋਨੇ ਦੇ ਚਮਚੇ 'ਚ ਦੁੱਧ ਪੀਂਦਾ ਵੇਖੇ। ਅੰਨੀ ਮਾਂ ਦੀਆਂ ਅੱਖਾਂ ਵੀ ਮੰਗ ਲਈਆਂ, ਦੁੱਧ ਵੀ ਮੰਗ ਲਿਆ ਤੇ ਪੁੱਤ ਪੋਤਰੇ ਵੀ ਮੰਗ ਲਿਆ ਇੱਕੋ ਦੁਆ ਦੇ ਵਿੱਚ।